ਕਦੇ ਨੀ ਭੱਜਦਾ ਹੁਣ ਸਮਝਿਆ ਅੱਜ ਦੀ ਜਿਹੜੀ ਖਾਸ ਗੱਲ ਇਹ ਹੈ ਕਿ ਆਪ ਸਭ ਨੂੰ ਪਤਾ ਹੈ ਕਿ ਜਿੱਦਾਂ ਲੰਬੇ ਸਮੇਂ ਤੋਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ, ਕਿਸਾਨ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਸੰਘਰਸ਼ ਕਰ ਰਹੀਆਂ ਨੇ, ਪੰਜਾਬ ਸਰਕਾਰ ਨੇ ਵੀ ਇਹਨਾਂ ਬਿੱਲਾਂ ਦੇ ਵਿਰੁੱਧ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਨੇ, ਪਰ ਹੁਣ ਤੱਕ ਲੱਗ ਰਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਦੇ ਉੱਪਰ ਕੋਈ ਵੀ ਇਸਦਾ ਅਸਰ ਦਿਖ ਨਹੀਂ ਰਿਹਾ। ਆਮ ਜਨਤਾ ਦੇ ਵਿੱਚ ਵੀ ਇਹ ਗੱਲ ਜਾ ਰਹੀ ਹੈ ਕਿ ਮੋਦੀ ਸਰਕਾਰ ਨੂੰ ਇਸਦਾ ਕੋਈ ਫਰਕ ਨਹੀਂ ਪੈ ਰਿਹਾ, ਪਰ ਅਸੀਂ ਪੁੱਛਦੇ ਹਾਂ ਕਿ ਫਰਕ ਕਿਉਂ ਨਹੀਂ ਪੈ ਰਿਹਾ। ਫਰਕ ਸਾਨੂੰ ਤਾਂ ਇਸਦਾ ਪੂਰਨ ਤੌਰ 'ਤੇ ਲੱਭ ਰਿਹਾ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਇਹਨਾਂ ਦੇ ਪੰਜਾਬ ਪ੍ਰਧਾਨ ਨੇ ਟਰੈਕਟਰ ਰੈਲੀਆਂ ਰੱਖੀਆਂ ਸੀਗੀਆਂ ਸਾਰੇ ਕਿਸਾਨਾਂ ਦੇ ਵਿਰੋਧ ਦੇ ਅੱਗੇ, ਇਹਨਾਂ ਨੇ ਆਪਣੀਆਂ ਉਹ ਰੈਲੀਆਂ ਰੱਦ ਕੀਤੀਆਂ, ਔਰ ਕੱਲ੍ਹ ਹੀ ਪਤਾ ਲੱਗਿਆ ਕਿ ਇਹਨਾਂ ਦੇ ਇੱਕ ਵੱਡੇ ਕਿਸਾਨ ਆਗੂ ਜਥੇਬੰਦੀ ਦੇ ਉਹ ਵੀ ਅਸਤੀਫਾ ਦੇ ਕੇ ਆਏ ਨੇ। ਇਹ ਇਸੇ ਸੰਘਰਸ਼ ਦਾ ਹੀ ਨਤੀਜਾ ਨੇ ਕਿ ਜਿਹੜੇ ਇਹਨਾਂ ਦੇ BJP ਦੇ ਨੁਮਾਇੰਦੇ ਨੇ ਉਹ ਹੁਣ ਅਸਤੀਫੇ ਦੇ ਕੇ ਆਪਣੇ ਘਰਾਂ ਦੇ ਵਿੱਚ ਵੜੇ ਹੋਏ ਨੇ, ਔਰ ਇਸੇ ਵਿਰੋਧ ਤੋਂ ਡਰਦੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ। ਅੱਜ ਕੀ ਕੀਤਾ ਜਾ ਰਿਹਾ ਤੁਹਾਡਾ? ਅੱਜ ਵੱਲੋਂ ਅਸੀਂ ਸਾਰੇ ਨੌਜਵਾਨ ਇਕੱਠੇ ਹੋ ਕੇ ਇਸ ਗੱਲ ਦਾ ਸਬੂਤ ਦੇ ਰਹੇ ਹਾਂ ਕਿ ਇਹ ਜਿਹੜਾ ਦੁਸ਼ਹਿਰੇ ਦਾ ਖਾਸ ਦਿਨ ਆ, ਇਸ ਦਿਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦਾ ਵੱਧ ਕਰਕੇ ਸੀਤਾ ਜੀ ਨੂੰ ਉਹਨਾਂ ਦੀ ਗੁਲਾਮੀ ਤੋਂ ਛੁਡਾਇਆ ਸੀਗਾ, ਅਤੇ ਇਹ ਜਿਹੜੇ ਮੋਦੀ ਸਰਕਾਰ ਵੱਲੋਂ ਬਿੱਲ ਲਿਆਂਦੇ ਗਏ ਨੇ ਇਹ ਵੀ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਗੁਲਾਮੀ ਦੀ ਰਾਹਾਂ ਦੇ ਉੱਤੇ ਲੈ ਜਾਏਗਾ। ਅਸੀਂ ਆਪਣੇ ਘਰਾਂ ਦੇ ਵਿੱਚ ਹੀ ਆਪਣੀਆਂ ਜ਼ਮੀਨਾਂ ਦੇ ਵਿੱਚ ਹੀ ਗੁਲਾਮ ਹੋ ਕੇ ਰਹਿ ਜਾਂਗੇ। ਅਸੀਂ ਇਹ ਮੋਦੀ ਸਰਕਾਰ ਨੂੰ ਉਹਦਾ ਅੱਜ ਪੁਤਲਾ ਫੂਕ ਕੇ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਗੁਲਾਮੀ ਆ ਇਹ ਨੌਜਵਾਨ ਬਰਦਾਸ਼ਤ ਨਹੀਂ ਕਰਾਂਗੇ, ਔਰ ਨਾ ਹੀ ਇਸ ਨੂੰ ਪੰਜਾਬ ਦੇ ਉੱਤੇ ਲਾਗੂ ਹੋਣ ਦੇਵਾਂਗੇ। ਜੇਕਰ ਇਹ ਸਾਡੇ ਪੰਜਾਬ ਉੱਤੇ ਲਾਗੂ ਹੁੰਦੀ ਆ ਤਾਂ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਹੋਂਦ, ਸਾਡੀ ਪਛਾਣ ਔਰ ਜਿਹੜੀ ਕਿਸਾਨੀ ਆ ਉਹ ਪੂਰਨ ਤੌਰ 'ਤੇ ਖਤਮ ਹੋ ਜਾਏਗੀ। ਅਸੀਂ ਅੱਜ ਦੇ ਦਿਨ ਜੋ ਦੁਸ਼ਹਿਰੇ ਦਾ ਪਵਿੱਤਰ ਦਿਨ ਆ, ਅੱਜ ਦੇ ਦਿਨ ਬਦੀ ਉੱਤੇ ਨੇਕੀ ਦੀ ਜਿੱਤ ਹੋਈ ਸੀਗੀ। ਅਸੀਂ ਮੋਦੀ ਨੂੰ ਇਹ ਚੀਜ਼ ਦਾ ਅਹਿਸਾਸ ਕਰਾਉਣਾ ਚਾਹੁੰਦੇ ਹਾਂ, ਰਾਵਣ ਜਿਹੜਾ ਸੀਗਾ ਉਹ ਬਲੀ ਸੀ, ਉਹਦੀ ਵੀ ਸੋਨੇ ਦੀ ਲੰਕਾ ਸੀ, ਅਤੇ ਉਹ ਜਿਹੜਾ ਸੀਗਾ ਕਿ ਕੁਛ ਗਲਤ ਰਾਹ ਕਰਕੇ ਗਲਤ ਪੈ ਗਿਆ, ਅਤੇ ਉਹਦੇ ਜਿਹੜਾ ਸੀਗਾ ਅੱਜ ਦੇ ਦਿਨ ਸ਼੍ਰੀ ਰਾਮ ਚੰਦਰ ਜੀ ਨੇ ਵੱਧ ਕੀਤਾ ਸੀਗਾ। ਅਸੀਂ ਉਹਨੂੰ ਵੀ ਕਹਿੰਦੇ ਇਹੀ ਚੀਜ਼ ਪੜ੍ਹੇ, ਇਲਮ ਕਰੇ ਕਿ ਜੇ ਇੰਨੇ ਵੱਡੇ ਜਿਹੜੇ ਰਾਜੇ ਨਹੀਂ ਰਹੇ ਜਿਨ੍ਹਾਂ ਦੀਆਂ ਸੋਨੇ ਦੀਆਂ ਲੰਕਾ ਸੀਗੀਆਂ, ਰਹਿਣਾ ਇਹਨੇ ਵੀ ਨਹੀਂ ਆ। ਗਲਤ ਜਿਹੜੇ ਤਰੀਕੇ ਨਾਲ ਜ਼ਿਮੀਂਦਾਰਾਂ ਨੂੰ ਮਾਰਿਆ, ਲੋਕ ਰਾਵਣ ਦਾ ਪੁਤਲਾ ਫੂਕਦੇ ਸੀਗੇ ਕਿ ਉਹਨੇ ਬਹੁਤ ਗਲਤ ਕੀਤਾ ਸੀਗਾ, ਇਸ ਕਰਕੇ ਅਸੀਂ ਮੋਦੀ ਦਾ ਫੂਕਣ ਜਾ ਰਹੇ ਹਾਂ ਵੀ ਗਲਤ ਤਾਂ ਇਹ ਵੀ ਬਹੁਤ ਜ਼ਿਆਦਾ ਕਰ ਰਿਹਾ ਜਿਹਦੇ ਕਰਕੇ ਸਾਰੇ ਇੰਡੀਆ ਦੀ ਕਿਸਾਨੀ 'ਤੇ ਫਰਕ ਪੈ ਰਿਹਾ, ਅਤੇ ਅੱਗੇ ਵੀ ਇਹ ਬਿਹਾਰ 'ਚ ਜਾਂ ਜਿੱਥੇ ਆਰਡੀਨੈਂਸ ਲਾਏ ਆ ਉਹ ਤਾਂ ਪੰਜਾਬ 'ਚ ਦਿਹਾੜੀਆਂ ਲਾਉਣ ਆਉਂਦੇ ਆ, ਆਪਦੇ ਕੰਮ ਕਰਕੇ ਗੁਜ਼ਾਰਾ ਕਰਦੇ ਆ, ਅਤੇ ਪੰਜਾਬ ਵਾਲੇ ਕੁਛ ਤਾਂ ਬਾਹਰ ਨੂੰ ਜਾਈ, ਬਾਕੀ ਕਿੱਥੇ ਦਿਹਾੜੀ ਲਾਉਣਗੇ, ਆਪਣੀਆਂ ਪੈਲੀਆਂ 'ਚ ਆਪ ਹੀ ਲਾਉਣਗੇ। ਅਸੀਂ ਸਿਰਫ ਉਹਨੂੰ ਇਹੀ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਵੀ ਤੇਰੇ ਵੀ ਪੁਤਲੇ ਫੂਕੇ ਜਾ ਰਹੇ ਆ, ਹੁਣ ਤਾਂ ਰਾਵਣ ਤੋਂ ਵੱਡਾ ਤੂੰ ਮਾੜਾ ਹੋ ਗਿਆ ਜਿਹਨੇ ਸਾਰੀ ਦੁਨੀਆ ਨੂੰ ਸਾਰੇ ਆਪਣੇ ਜਿਹੜੇ ਕਿਸਾਨ ਭਰਾਵਾਂ ਨੂੰ ਦੁੱਖ 'ਚ ਪਾਇਆ ਹੋਇਆ। ਇਸ ਕਰਕੇ ਅਸੀਂ ਅੱਜ ਰਾਵਣ ਦੀ ਜਗ੍ਹਾ 'ਤੇ ਮੋਦੀ ਦਾ ਪੁਤਲਾ ਫੂਕ ਰਹੇ ਹਾਂ, ਅਤੇ ਸਾਰੇ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨ ਵੀਰ ਇਕੱਠੇ ਹੋਏ ਆ, ਕਾਲੀਆਂ ਝੰਡੀਆਂ ਲੈ ਕੇ ਅਸੀਂ ਇਸ ਕਾਨੂੰਨ ਦਾ ਡਟ ਕੇ ਵਿਰੋਧ ਕਰਦੇ ਹਾਂ।
ਤੇ ਕਰਦੇ ਹੀ ਰਵਾਂਗੇ ਜਦੋਂ ਤੱਕ ਇਹ ਜਿਹੜੇ ਆ ਇਹ ਕਾਨੂੰਨ ਜਿਹੜੇ ਵਾਪਸ ਨਹੀਂ ਹੁੰਦੇ। ਤਾਂ ਇਹ ਨਹੀਂ ਕਿ ਕੁਛ ਸਮਾਂ ਪਾ ਕੇ ਅਸੀਂ ਚੁੱਪ ਕਰ ਜਾਵਾਂਗੇ ਜਾਂ ਚੁੱਪ ਬਹਿ ਜਾਵਾਂਗੇ। ਅੱਜ ਦੇ ਸਾਡੇ ਵੀਰ ਆਪਣੇ ਖੇਤੀ ਦੇ ਕੰਮਾਂ 'ਚ ਬਿਜ਼ੀ ਆ ਜਾਂ ਇਹ ਆਪਣੀ ਖੇਤੀਬਾੜੀ ਸਾਂਭ ਕੇ ਸਾਂਭਦੇ ਪਏ ਆ, ਇਸ ਤੋਂ ਬਾਅਦ ਸਾਡੇ ਫਿਰ ਸੰਘਰਸ਼ ਉੱਦਾਂ ਹੀ ਤੇਜ਼ ਹੋਣਗੇ ਅਤੇ ਫਿਰ ਖੁੱਲ੍ਹੇ ਦਿਨਾਂ 'ਚ ਅਸੀਂ ਰੋਡਾਂ 'ਤੇ ਜਿੱਦਾਂ ਜਿੱਦਾਂ ਵੀ ਸਾਨੂੰ ਜਥੇਬੰਦੀਆਂ ਤੋਂ ਕਮਾਇਆ ਉਸ ਹਿਸਾਬ ਨਾਲ ਅਸੀਂ ਆਪਣਾ ਰੋਜ਼ ਮੁਜ਼ਾਹਰਾ ਕਰਾਂਗੇ।